ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਇਆ ਨਵੀਂ ਅਪਡੇਟ ਜੋ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਅੱਜ ਦੀ ਤਾਜ਼ਾ ਅਪਡੇਟ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਸਟੂਡੈਂਟ ਤੇ ਭੈਣ ਭਰਾ ਨਵੇਂ ਆਏ ਨੇ ਚੈਨਲ ਦੇ ਉੱਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲਵੋ ਜੀ ਸੋ ਲੈ ਕੇ ਚੱਲਦੇ ਆ ਹੁਣ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ हां जी ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਠੀਕ ਹੈ ਜੀ ਤੇ ਆਪਾਂ ਰੀਡ ਕਰ ਲੈਨੇ ਆ ਨੋਟੀਫਿਕੇਸ਼ਨ ਸਾਰਾ ਇੱਕ ਵਾਰ ਕਿ ਐਡਮਿਸ਼ਨ ਨੋਟਿਸ ਆ ਜੀ ਕਿ ਦਾ ਸਪੈਸ਼ਲ ਰਾਉਂਡ ਆਫ ਕਾਉਂਸਲਿੰਗ ਵਿਲ ਬੀ ਕੰਡਕਟਡ ਔਨ 28/4/2022 ਸਵੇਰੇ 9 ਵਜੇ ਐਟ ਆਡੀਟੋਰੀਅਮ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਫਾਰ ਐਡਮਿਸ਼ਨ ਟੂ 150 MBBS ਸੀਟਸ ਐਟ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਠੀਕ ਹੈ ਜੀ ਕਾਉਂਸਲਿੰਗ ਹੋ ਰਹੀ ਆ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਦੇ ਵਿੱਚ 150 ਸੀਟਾਂ ਖਾਲੀ ਨੇ MBBS ਜਿਨ੍ਹਾਂ ਨੇ ਕਰਨੀਆਂ ਸੋ ਉਹ 28 4 2022 ਨੂੰ ਸਵੇਰੇ 9ਵ데 GGS ਮੈਡੀਕਲ ਕਾਲਜ ਫਰੀਦਕੋਟ ਵਿਖੇ ਕਾਉਂਸਲਿੰਗ ਅਟੈਂਡ ਕਰ ਸਕਦੇ ਆ ਅੱਗੇ ਕੀ ਹੈ ਜੀ ਦਾ ਗਵਰਨਮੈਂਟ ਆਫ ਇੰਡੀਆ DGHS ਨਿਊ ਡੈਲੀ ਹੈਜ਼ ਐਕਸਟੈਂਡਡ ਦਾ ਲਾਸਟ ਡੇਟ ਆਫ ਐਡਮਿਸ਼ਨ ਫਾਰ MBBS ਕੋਰਸ ਸੈਸ਼ਨ 2021 ਅਪ ਟੂ 28/4/2022올 ਐਡਮਿਸ਼ਨਸ ਸ਼ਲ ਬੀ ਮੇਡ ਐਸ ਪਰ ਦਾ ਆਨਰੇਬਲ ਸੁਪਰੀਮ ਕੋਰਟ ਆਰਡਰ ਡੇਟ 25/15/2020 ਇਨ ਰਿਟ ਪਟੀਸ਼ਨ ਠੀਕ ਹੈ ਜੀ ਸੋ ਡੇਟ ਐਕਸਟੈਂਡ ਹੋ ਗਈ ਹੈ 28 ਤੱਕ ਸੋ ਜਿਹੜੇ एलिजिਬਲ ਕੈਂਡੀਡੇਟ ਆ ਉਹ ਕਾਉਂਸਲਿੰਗ اٹینڈ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ www.bfuhs.ac.in ਤੇ ਵਿਜ਼ਿਟ ਕਰ ਸਕਦੇ ਹੋ ਸੋ ਇਸ ਦੇ ਨਾਲ ਨਾਲ ਤੁਸੀਂ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਕਰਨਾ ਹੋਵੇਗਾ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਦੇ ਲਈ ਠੀਕ ਹੈ ਜੀ ਸੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ